अगर आप हमारे चैनल पर नए हैं तो चैनल को सब्सक्राइब कर लीजिए और बेल आइकन पर क्लिक करके नोटिफिकेशंस को ऑन कर लीजिए फॉर फ्यूचर अपडेट्स के लिए। ਦਸਵਾਂ ਦੀ ਵੀਡੀਓ ਦੇ ਵਿੱਚ ਅਸੀਂ ਡਿਸਕਸ ਕਰਾਂਗੇ ਕਿ ਨੈਕਸਟ ਇਅਰ ਰਿਜ਼ਲਟ ਅਨਾਉਂਸ ਹੋਣਾ ਸੀ ਉਹ ਫਿਲਹਾਲ ਹੋ ਗਿਆ ਤੇ ਉਹ ਜਿਹੜੀ ਡਿਸਟ੍ਰਿਕਟ ਹੈ ਉਹ ਹੈ ਜੀ ਜਲੰਧਰ। ਸਭ ਤੋਂ ਪਹਿਲੇ ਆਪਾਂ ਬੱਚਿਆਂ ਦੀ ਡਿਟੇਲ ਦੇਖ ਲੈਣੇ ਕਿ ਜਿਨ੍ਹਾਂ ਬੱਚਿਆਂ ਨੇ ਫਸਟ ਸੈਕਿੰਡ ਐਂਡ ਥਰਡ ਪ੍ਰਾਈਜ਼ ਵਿਨ ਕੀਤੇ ਹੈ। ਸੋ ਸਭ ਤੋਂ ਪਹਿਲੇ ਜਿਹੜਾ ਬੱਚੇ ਨੇ ਜਿਨ੍ਹਾਂ ਨੇ ਫਸਟ ਪ੍ਰਾਈਜ਼ ਵਿਨ ਕੀਤਾ ਹੈ ਉਹ ਹੈ ਜੀ ਗੋਪੇਸ਼ ਗੁਪਤਾ ਜੀ, ਕਲਾਸ 10th ਦੇ ਨੇ। ਇਹਨਾਂ ਜਿਹੜਾ ਸਕੂਲ ਹੈ ਜੀ ਅਪੇਜੀ ਸਕੂਲ ਹੈ ਮਹਾਵੀਰ ਮਾਰਗ। ਸੈਕਿੰਡ ਪ੍ਰਾਈਜ਼ ਜਿਹੜਾ ਵਿਨ ਕੀਤਾ ਹੈ ਉਹ ਵਿਨ ਕੀਤਾ ਹੈ ਰਮਨਜੋਤ ਸਿੰਘ ਜੀ ਨੇ, ਇਹਨਾਂ ਦੀ ਕਲਾਸ 8th ਹੈ। ਤੇ ਇਹਨਾਂ ਜਿਹੜਾ ਸਕੂਲ ਹੈ ਉਹ ਹੈ ਜੀ MGN ਪਬਲਿਕ ਸਕੂਲ ਅਰਬਨ ਐਸਟੇਟ 2। ਥਰਡ ਪ੍ਰਾਈਜ਼ ਵਿਨ ਕੀਤਾ ਹੈ ਜੀ ਮੋਨਾ ਕਸ਼ਪ ਜੀ ਨੇ, ਕਲਾਸ 10th ਦੇ ਨੇ। ਇਹਨਾਂ ਦਾ ਸਕੂਲ ਹੈ ਜੀ RK MGM ਸੀਨੀਅਰ ਸੈਕੰਡਰੀ ਸਕੂਲ। ਸੋ ਇਹਨਾਂ ਬੱਚਿਆਂ ਨੂੰ ਮੇਰੇ ਵੱਲੋਂ ਬਹੁਤ ਬਹੁਤ ਕੰਗ੍ਰੈਚੁਲੇਸ਼ਨਸ। ਨਾ ਹੁਣ ਇਹਨਾਂ ਬੱਚਿਆਂ ਨੇ ਅਗਰ ਜੇ ਆਪਣਾ ਪ੍ਰਾਈਜ਼ ਲੈਣਾ ਉਹਦੇ ਲਈ ਇਹਨਾਂ ਨੂੰ ਕਲੇਮ ਕਰਨਾ ਪੈਣਾ ਹੈ। ਕਲੇਮ ਕਰਨ ਦੇ ਲਈ ਅੰਬੈਸਡਰ ਆਫ ਹੋਪ ਦੀ ਜਿਹੜੀ ਆਫੀਸ਼ੀਅਲ ਵੈਬਸਾਈਟ ਹੈ ਡੈਟ ਵਨ ਇਜ਼ ambassadorofhope.in, ਤੁਸੀਂ ਇਸ ਵੈਬਸਾਈਟ ਤੇ ਵਿਜ਼ਿਟ ਕਰਨਾ ਹੈ। ਵਿਜ਼ਿਟ ਕਰਨ ਤੋਂ ਬਾਅਦ ਬਿਲਕੁਲ ਟਾਪ ਤੇ ਡਿਫਰੈਂਟ ਲਿੰਕਸ ਬਣੇ ਹੋਏ ਨੇ, ਉਹਦੇ ਵਿੱਚ ਇੱਕ ਲਾਸਟ ਲਿੰਕ ਬਣਿਆ ਹੋਇਆ ਵਿਨਰਸ ਦਾ। ਦੇਖੋ ਵਿਨਰਸ, ਤੁਸੀਂ ਜਦੋਂ ਵਿਨਰਸ ਤੇ ਕਲਿੱਕ ਕਰੋਗੇ ਇਹਦੇ ਉੱਪਰ ਸਾਰੇ ਡਿਸਟ੍ਰਿਕਟ ਦਾ ਰਿਜ਼ਲਟ ਸ਼ੋ ਹੋਊਗਾ। ਜਿਹੜਾ ਤੁਹਾਡਾ ਡਿਸਟ੍ਰਿਕਟ ਹੈ ਤੁਸੀਂ ਉਹਦੇ ਸਾਹਮਣੇ ਆਪਣਾ ਨਾਮ ਦਿਖ ਲੈਣਾ ਹੈ ਅਤੇ ਜੋ ਵੀ ਡਿਟੇਲ ਤੁਹਾਡੀ ਉਹਦੇ ਸਾਹਮਣੇ ਇੱਕ ਲਿੰਕ ਬਣਿਆ ਹੋਇਆ ਕਲੇਮ ਪ੍ਰਾਈਜ਼ ਦਾ। ਤੁਸੀਂ ਕਲੇਮ ਪ੍ਰਾਈਜ਼ ਤੇ ਕਲਿੱਕ ਕਰਨਾ। ਜੋ ਤੁਸੀਂ ਕਲੇਮ ਪ੍ਰਾਈਜ਼ ਤੇ ਕਲਿੱਕ ਕਰਨਾ ਹੈ ਇੱਕ ਫਾਰਮ ਓਪਨ ਹੋ ਜਾਣਾ, ਉਸ ਫਾਰਮ ਦੇ ਵਿੱਚ ਤੁਸੀਂ ਆਪਣੀ ਸਾਰੀ ਡਿਟੇਲ ਫਿਲ ਕਰਨੀ ਹੈ, ਸਪੈਸ਼ਲੀ ਤੁਹਾਡਾ ਈਮੇਲ ਆਈਡੀ, ਉਸ ਤੋਂ ਬਾਅਦ ਤੁਹਾਡੀ ਵੀਡੀਓ ਦਾ ਲਿੰਕ ਪਲੱਸ ਵੀਡੀਓ ਤੁਸੀਂ ਕਿੱਥੇ ਅਪਲੋਡ ਕੀਤੀ ਸੀ ਅਤੇ ਤੁਹਾਡਾ ਜਿਹੜਾ ਐਡਰੈਸ ਹੈ ਵਿਦ ਪਿੰਨ ਕੋਡ, ਬਿਕੋਜ਼ ਹੋ ਸਕਦਾ ਹੈ ਜਿਹੜਾ ਤੁਹਾਡਾ ਪ੍ਰਾਈਜ਼ ਹੈ ਉਹ ਤੁਹਾਨੂੰ ਬਾਏ ਪੋਸਟ ਤੁਹਾਡੇ ਘਰ ਤੱਕ ਪੁੱਜੇ। ਫਿਲਹਾਲ ਇੱਦਾਂ ਦਾ ਕੋਈ ਵੀ ਨੋਟੀਫਿਕੇਸ਼ਨ ਜਾਂ ਅਪਡੇਟ ਜਾਂ ਕੋਈ ਵੀ ਇੱਦਾਂ ਦਾ ਇਹਨਾਂ ਨੇ ਨਹੀਂ ਦੱਸਿਆ ਕਿ ਜਿਹੜਾ ਰਿਜ਼ਲਟ ਹੈ ਉਹ ਤੁਹਾਡਾ ਕਿਸ ਤਰ੍ਹਾਂ ਆਊਗਾ। ਤਾਂ ਬਾਕੀ ਜਦੋਂ ਹੀ ਇੱਦਾਂ ਦੀ ਕੋਈ ਅਪਡੇਟ ਆਉਂਦੀ ਹੈ ਉਹਦਾ ਜਿਹੜਾ ਵੀਡੀਓ ਹੈ ਮੈਂ ਜਲਦੀ ਹੀ ਅਪਲੋਡ ਕਰ ਦੂੰਗਾ। ਸੋ ਇਹ ਫਿਲਹਾਲ ਤੁਸੀਂ ਆਪਣਾ ਪ੍ਰਾਈਜ਼ ਕਲੇਮ ਕਰੋ। ਪ੍ਰਾਈਜ਼ ਨੂੰ ਕਲੇਮ ਕਰਨ ਦੇ ਵੀ ਜੇਕਰ ਤੁਸੀਂ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਫੇਸ ਕਰਦੇ ਹੋ ਤਾਂ ਤੁਸੀਂ ਸਾਨੂੰ ਪੁੱਛ ਸਕਦੇ ਹੋ। ਅਤੇ ਨਾਲ ਦੇ ਨਾਲ ਜਿਨ੍ਹਾਂ ਬੱਚਿਆਂ ਨੂੰ ਹਾਲੇ ਤੱਕ ਸਰਟੀਫਿਕੇਟ ਆਫ ਪਾਰਟੀਸਪੇਸ਼ਨ ਨਹੀਂ ਮਿਲਿਆ ਡਿਊ ਟੂ ਈਮੇਲ ਆਈਡੀ ਐਰਰ, ਉਹ ਵੀ ਆਪਣਾ ਸਰਟੀਫਿਕੇਟ ਆਫ ਪਾਰਟੀਸਪੇਸ਼ਨ ਲੈ ਸਕਦੇ ਨੇ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ। ਅਤੇ ਨਾਲ ਦੇ ਨਾਲ ਜਿੰਨਾ ਹੋ ਸਕੇ ਫਰੈਂਡਸ ਵੀਡੀਓ ਨੂੰ ਸ਼ੇਅਰ ਕਰਨਾ ਆਪਣੇ ਫਰੈਂਡਸ ਦੇ ਨਾਲ, ਸੋ ਇਹਨਾਂ ਨੂੰ ਵੀ ਇਹ ਪ੍ਰੋਸੈਸ ਦਾ ਪਤਾ ਲੱਗ ਸਕੇ ਅਤੇ ਉਹ ਵੀ ਆਪਣਾ ਪ੍ਰਾਈਜ਼ ਕਲੇਮ ਕਰ ਸਕਣ। ਪਲੱਸ ਜਿਨ੍ਹਾਂ ਨੂੰ ਪ੍ਰਾਈਜ਼ ਨੇ ਦਾ ਸਰਟੀਫਿਕੇਟ ਨਹੀਂ ਮਿਲਿਆ ਉਹ ਵੀ ਆਪਣੇ ਸਰਟੀਫਿਕੇਟ ਨੂੰ ਕਲੇਮ ਕਰ ਸਕਣ। ਸੋ ਥੈਂਕ ਯੂ ਫਰੈਂਡਸ ਫੋਰ ਵਾਚਿੰਗ ਦਿਸ ਵੀਡੀਓ ਐਂਡ ਫੋਰ ਯੂਰ ਅਵੇਲੇਬਲ ਟਾਈਮ।